ਇੱਕ ਪਾਸੇ ਜਿੱਥੇ ਮੇਲੇ ਦੀਆਂ ਰੌਣਕਾਂ ਨੇ, ਦੂਜੇ ਪਾਸੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਵਿੱਚ ਜਾਇਆ ਜਾਵੇ, ਵੱਖ ਵੱਖ ਤਰ੍ਹਾਂ ਦੇ ਬ੍ਰੇਕਫਾਸਟ ਅਰੇਂਜ ਕੀਤੇ ਜਾਂਦੇ ਆ, ਹੋਰ ਕਈ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਪਾਰਟੀਆਂ ਜਿਹੜੀਆਂ ਉਹ ਅਰੇਂਜ ਕੀਤੀਆਂ ਜਾਂਦੀਆਂ, ਅਤੇ ਉਹਦੇ ਵਿੱਚ ਜਾ ਕੇ ਸਿਆਸਤਦਾਨ ਆਮ ਲੋਕਾਂ ਨੂੰ ਮਿਲ ਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵਕਤ ਦੇਸ਼ ਵਿੱਚ ਚੱਲ ਕੀ ਰਿਹਾ, ਸੂਬੇ ਵਿੱਚ ਚੱਲ ਕੀ ਰਿਹਾ, ਅਤੇ ਉਸੇ ਅਨੁਸਾਰ ਉਹ ਨੀਤੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਅਤੇ ਇਸੇ ਤਰ੍ਹਾਂ ਜਿਹੜੀ ਮੁੱਖ ਵਿਰੋਧੀ ਧਿਰ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ, ਉਹਦੇ ਲੀਡਰ ਪੀਰੇ ਪੋਲੀਵਰ ਉਹ ਕੈਲਗਰੀ ਵਿੱਚ ਪਹੁੰਚੇ ਹੋਏ ਆ, ਜਿੱਥੇ ਉਹਨਾਂ ਨੇ ਇੱਕ ਪਾਸੇ ਪਰੇਡ ਦੇ ਵਿੱਚ ਹਿੱਸਾ ਲਿਆ, ਉਸ ਦੇ ਨਾਲ ਹੀ ਉਹ ਵੱਖ ਵੱਖ ਜਗ੍ਹਾ 'ਤੇ ਜੋ ਬ੍ਰੇਕਫਾਸਟ ਜਾਂ ਹੋਰ ਪੈਨਕੇਕ ਪਾਰਟੀ ਜਿਹੜੀਆਂ ਚੱਲ ਰਹੀਆਂ ਉਹਦੇ ਵਿੱਚ ਜਾ ਰਹੇ ਆ। ਅਤੇ ਕਿਸ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਸੋਚ ਰਹੀ ਹੈ ਆਉਣ ਵਾਲੇ ਸਮੇਂ ਬਾਰੇ, ਇਹ ਸਾਰੀ ਗੱਲਬਾਤ ਕਰਨ ਲਈ ਇਸ ਵਕਤ ਮੇਰੇ ਨਾਲ ਕੈਲਗਰੀ ਫੋਰੈਸਟ ਲੋਨ ਤੋਂ ਮੈਂਬਰ ਪਾਰਲੀਮੈਂਟ ਜਸਰਾਜ ਹੱਲਨ ਨੇ। ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅਤੇ ਮੇਰੇ ਨਾਲ ਨੇ ਕੈਲਗਰੀ ਫੋਰੈਸਟ ਲੋਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਸਰਾਜ ਹੱਲਨ, ਜੋ ਕਿ ਕ੍ਰਿਟਿਕ ਵੀ ਨੇ ਇਕਨੋਮਿਕ ਮਾਮਲਿਆਂ ਦੇ, ਉਹਨਾਂ ਨਾਲ ਗੱਲ ਕਰਦੇ ਹਾਂ। ਜਸਰਾਜ, ਸਭ ਤੋਂ ਪਹਿਲਾਂ ਤਾਂ ਸਟੈਂਪੀਡ ਬਾਰੇ ਕੁਛ ਦਰਸ਼ਕਾਂ ਨਾਲ ਸਾਂਝ ਪਾ ਦਿਓ ਆਪਣੀ, ਉਸ ਤੋਂ ਬਾਅਦ ਗੱਲ ਕਰ। ਡੈਫੀਨੇਟਲੀ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸਟੈਂਪੀਡ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਹਰੇਕ ਵੀ ਹੋਰ ਵੀ ਵੱਡਾ ਹੋਈ ਜਾਂਦਾ ਸਟੈਂਪੀਡ, ਅਤੇ ਸਪੈਸ਼ਲੀ ਪੈਂਡੈਮਿਕ ਤੋਂ ਬਾਅਦ, ਸੋ ਅਸੀਂ ਦੇਖ ਰਹੇ ਹਾਂ ਵੀ ਬਹੁਤ ਜਿੱਦਾਂ ਵਧੀਆ ਰੌਣਕ ਮੇਲਾ ਲੱਗਾ ਆ ਕੈਲਗਰੀ ਦੇ ਵਿੱਚ, ਅਤੇ ਇਟਸ ਆਲਸੋ ਰੀਅਲੀ ਗੁੱਡ ਫੋਰ ਦੀ ਇਕਨੋਮੀ, ਜਿਹੜੀ ਇਕਨੋਮਿਕ ਬੂਸਟ ਮਿਲਦੀ ਆ ਕੈਲਗਰੀ ਨੂੰ, ਐਂਡ ਪੀਪਲ ਹੈਵ ਅ ਟਾਈਮ ਟੂ ਰਿਲੈਕਸ ਵਿਦ ਦੇਅਰ ਫੈਮਿਲੀ। ਸੋ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਹੁਣ ਆ ਜਾਂਦੇ ਹਾਂ ਜੋ ਅੱਜ ਦੇ ਮਸਲੇ ਚੱਲ ਰਹੇ ਆ ਕੈਨੇਡਾ ਦੇ ਵਿੱਚ। ਆਮ ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੈ। ਹੁਣੇ ਰੀਸੈਂਟਲੀ ਐਂਗਸ ਰੀਡ ਦੀ ਜਿਹੜੀ ਉਹ ਦਾ ਸਰਵੇ ਆਇਆ, ਉਹਦੇ ਵਿੱਚ ਹਰ ਜਿਹੜੇ 10 ਸਾਲ ਤੋਂ ਘੱਟ ਸਮੇਂ ਤੋਂ ਰਹਿ ਰਹੇ ਆ ਕੈਨੇਡਾ ਵਿੱਚ, ਉਹਨਾਂ ਵਿੱਚੋਂ ਬਹੁਤ ਆਲਮੋਸਟ 40% ਲੋਕ ਉਹ ਕੈਨੇਡਾ ਨੂੰ ਛੱਡਣ ਬਾਰੇ ਸੋਚ ਰਹੇ ਆ। ਅਤੇ ਤੁਹਾਨੂੰ ਕੀ ਲੱਗਦਾ ਕਿ ਕੀ ਇਹ ਇਸੇ ਤਰ੍ਹਾਂ ਹੀ ਸਿਨੈਰੀਓ ਬਣਿਆ ਰਹੇਗਾ ਜਾਂ ਚੇਂਜ ਹੋਵੇਗਾ? ਦੇਖੋ, ਮੈਂ ਇਹੀ ਕਹਿ ਸਕਦਾ, ਜਿੰਨਾ ਚਿਰ ਸਾਡੇ ਕੋਲ ਪੀਅਰ ਪਾਲੀਐਫ ਪ੍ਰਾਈਮ ਮਿਨਿਸਟਰ ਨਹੀਂ ਬਣਦੇ, ਕਾਮਨ ਸੈਂਸ ਕੰਜ਼ਰਵੇਟਿਵ ਸਰਕਾਰ ਨਹੀਂ ਆਉਂਦੀ, ਮਾਹੌਲ ਤਾਂ ਇੱਦਾਂ ਹੀ ਰਹੂਗਾ। ਪਰ ਸਾਨੂੰ ਦੇਖਣਾ ਚਾਹੀਦਾ ਵੀ ਕਿਉਂ ਛੱਡਣਾ ਚਾਹੁੰਦੇ ਆ, ਵੀ ਇਹ ਵੀ ਤਾਂ ਦੇਖੀਏ ਵੀ ਕਿਹੜੇ ਕਿਹੜੇ ਕਾਰਨ ਕਰਕੇ ਆ। ਨੰਬਰ 1, ਕਾਸਟ ਆਫ ਲਿਵਿੰਗ। ਅਸੀਂ ਦੇਖ ਰਹੇ ਹਾਂ ਵੀ ਜੋ ਵੀ ਤੁਸੀਂ ਖਰੀਦਦੇ ਹੋ ਸਟੋਰ ਤੋਂ ਜਾਂ ਗੈਸ ਭਰਦੇ ਹੋ, ਸਾਰਾ ਕੁਛ ਮਹਿੰਗਾ ਹੋ ਗਿਆ। ਤਾਂ ਹੀ ਮਹਿੰਗਾ ਹੋਇਆ, ਇਹਨਾਂ ਨੇ ਕਾਰਬਨ ਟੈਕਸ ਜਿਹੜੀ ਲਾਈ ਆ ਉਹਦੇ 'ਤੇ, ਅਤੇ ਹੋਰ ਵੀ ਜਿਹੜਾ ਵਧਾਈ ਜਾਂਦੇ ਆ। ਜਿੰਨਾ ਪੈਸਾ ਟਰੂਡੋ ਅਤੇ ਜਗਮੀਤ ਸਿੰਘ ਨੇ ਮਾਰਕੀਟ ਦੇ ਵਿੱਚ ਫਲੱਡ ਕੀਤਾ, ਦੈਟ ਇਜ਼ ਵਟ ਕੌਜ਼ ਦੀ ਇਨਫਲੇਸ਼ਨ, ਜਿਹੜਾ 40-year ਹਾਈਜ਼ ਇਨ ਇਨਫਲੇਸ਼ਨ, ਜਿਹਦੇ ਨਾਲ ਨਾਲ ਇੰਟਰਸਟ ਰੇਟ ਵੱਧ ਗਏ ਆ। ਜਸਟਿਨ ਟਰੂਡੋ ਇਕੱਲਾ ਇੱਕੋ ਹੀ ਪ੍ਰਾਈਮ ਮਿਨਿਸਟਰ ਜਿਹਨੇ 90 billion ਡਾਲਰ ਲਾਏ ਆ ਹਾਊਸਿੰਗ 'ਤੇ, ਹਾਊਸਿੰਗ ਡਬਲ ਹੋ ਗਈ ਆ, ਰੈਂਟ ਡਬਲ ਹੋ ਗਿਆ, ਮੋਰਗੇਜਸ ਡਬਲ ਹੋ ਗਈਆਂ, ਤੁਹਾਡੇ ਜਿਹੜਾ ਪੇ ਚੈੱਕ ਆ ਉਹ ਘਟੀ ਜਾਂਦਾ, ਤੁਹਾਡੇ ਖਰਚੇ ਵਧੀ ਜਾਂਦੇ ਆ ਅੰਡਰ ਜਸਟਿਨ ਟਰੂਡੋ। To introduce our common sense conservative leader and the next prime minister of Canada, the honorable Pierre Poilievre. Thank you very much to the great shadow minister of finance for the common sense conservatives. Give it up for my very good friend and your member of parliament for Forest Lawn, Calgary Forest Lawn, Jasraj Singh Hallan. Thank you very much to this champion. Here's a guy who started off from a modest background, humble means, but was able to start a business. He studied finance. They built homes. They launched entrepreneurship here in Calgary and was ultimately elected based on his own merits to be a member of parliament. When I became leader of the party, I had to pick a shadow minister of finance. And normally they say, you need a big shot from Bay Street.
somebody who's known in downtown Toronto. I said, I don't want somebody from Bay Street. I want someone from Main Street. Main Street. Because I'm not interested in Bay Street. I'm interested in the corner store owner, in the truck driver, in the carpet shop, which we have here today. In fact, Devinder, I understand you serve the royalty. That's why it's called Royal Design. So you. ਤੇ ਕੈਲਗਰੀ ਦੇ ਵਿੱਚ ਸਟੈਂਪੀਡ ਬ੍ਰੇਕਫਾਸਟਾਂ ਦਾ ਦੌਰ ਜਾਰੀ ਹੈ ਤੇ ਜੇਕਰ ਮੈਂ ਕੈਲਗਰੀ ਸਕਾਈ ਵਿਊ ਤੋਂ ਮੈਂਬਰ ਪਾਰਲੀਮੈਂਟ ਜਾਰਜ ਚਾਹਲ ਦੀ ਗੱਲ ਕਰਾਂ ਤੇ ਇਹਨਾਂ ਵੱਲੋਂ ਵੀ ਹਰ ਸਾਲ ਜੈਨਸਿਸ ਸੈਂਟਰ ਦੇ ਵਿੱਚ ਇੱਥੇ ਬ੍ਰੇਕਫਾਸਟ ਅਰੇਂਜ ਕੀਤਾ ਜਾਂਦਾ ਤੇ ਅੱਜ ਜਿਸ ਤਰ੍ਹਾਂ ਲੋਕਾਂ ਵੱਲੋਂ ਉਤਸ਼ਾਹ ਵਿਖਾਇਆ ਜਾ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ ਜਾਰਜ ਸਭ ਤੋਂ ਪਹਿਲਾਂ ਜੋ ਲੋਕਾਂ ਦਾ ਰਿਸਪੌਂਸ ਹੈ ਇਸ ਵਾਰ ਬਹੁਤ ਵਧੀਆ ਰਿਸਪੌਂਸ ਆ ਹਰੇਕ ਸਾਲ ਕਮਿਊਨਿਟੀ ਵਧੀ ਜਾਂਦੀ ਆ ਸਾਡੇ ਪ੍ਰੋਗਰਾਮ 'ਤੇ ਆਉਂਦੀ ਆ ਐਂਡ ਇਸ ਸਾਲ ਕੀ ਦੇਖੋ ਕਿੰਨਾ ਰੌਣਕ ਮੇਲਾ ਇੱਥੇ ਜੈਨਸਿਸ ਸੈਂਟਰ 'ਚ ਹੋਇਆ ਆ ਇਸ ਸਾਲ ਆਪਾਂ ਥੋੜ੍ਹੀ ਜਿਹਾ ਡਿਫਰੈਂਟ ਪ੍ਰੋਗਰਾਮ ਰੱਖਿਆ ਆ ਜਿੱਥੇ ਸਾਡੇ ਗਰਮ ਮਾਲ ਪੂਰੇ ਤਾਂ ਹੁੰਦੇ ਹੀ ਆ ਉਹਦੇ ਨਾਲ ਹੀ ਸਾਡੇ ਦਸ਼ਮੇਸ਼ ਕਲਚਰਲ ਸੈਂਟਰ ਤੋਂ ਪਰੌਂਠੇ ਹਲਵਾ ਪੂਰੀ ਆਪਣੇ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਤੋਂ ਇੰਡੀਅਨ ਸੁਸਾਇਟੀ ਤੋਂ ਭਾਅ ਭਾਜੀ ਐਂਡ ਹੋਰ ਵੀ ਬਹੁਤ ਵਧੀਆ ਅਰਬੀ ਮੁਲਕਾਂ ਤੋਂ ਖਾਣਾ ਵੀ ਆ ਸੋ ਆਹ ਫੂਡ ਫੈਸਟੀਵਲ ਸਾਡੇ ਜਿਹੜੇ ਸਮਾਜ ਆ ਇਕੱਠੇ ਹੋ ਕੇ ਸਾਡਾ ਵੈਸਟਰਨ ਕਲਚਰ ਵੀ ਪਰ ਆਪਣਾ ਕਲਚਰ ਵੀ ਉਹਦੇ ਨਾਲ ਹੀ ਉੱਤੋਂ ਵੈਦਰ ਵੀ ਬਹੁਤ ਵਧੀਆ ਸਾਥ ਦੇ ਰਿਹਾ ਮੌਸਮ ਬਹੁਤ ਵਧੀਆ ਸਾਨੂੰ ਵੈਦਰ ਹਰੇਕ ਸਾਲ ਸਾਡੇ ਵਾਸਤੇ ਬਹੁਤ ਵਧੀਆ ਰਹਿੰਦਾ ਆ ਐਂਡ ਤਾਂ ਹੀ ਇਕੱਠ ਵੀ ਬਹੁਤ ਬੜਾ ਹੁੰਦਾ ਲੋਕ ਇੰਜੋਏ ਵੀ ਬਹੁਤ ਕਰਦੇ ਆ ਐਂਡ ਸੋ ਬਹੁਤ ਵਧੀਆ ਅੱਜ ਟਰਨਆਊਟ ਦਾ ਇਵੈਂਟ ਆ ਹਰ ਹਜ਼ਾਰਾਂ ਦੇ ਵਿੱਚ ਲੋਕ ਆਏ ਆ ਐਂਡ ਹਜੇ ਵੀ ਲਾਈਨ ਬੜੀ ਲੰਬੀ ਆ ਐਂਡ ਲੋਕ ਆਪਣਾ ਬ੍ਰੈਕਫਾਸਟ ਲੈ ਰਹੇ ਆ ਜਿਸ ਤਰ੍ਹਾਂ MP ਜਾਰਜ ਚਾਹਲ ਨੇ ਦੱਸਿਆ ਕਿ ਜਿਸ ਤਰ੍ਹਾਂ ਹਰ ਸਾਲ ਹੁੰਦਾ ਕਿ ਸਿਰਫ ਪੈਨਕੇਕ ਹੀ ਹੁੰਦੇ ਆ ਪਰ ਇਸ ਵਾਰ ਤਰੀਕੇ ਨਾਲ ਇਸ ਸਟੈਂਪਿਡ ਬ੍ਰੇਕਫਾਸਟ ਨੂੰ ਜਿਹੜਾ ਫੂਡ ਫੈਸਟੀਵਲ ਦੇ ਤੌਰ ਤੇ ਮਨਾਇਆ ਜਾ ਰਿਹਾ ਵੱਖ ਵੱਖ ਕਮਿਊਨਿਟੀਜ਼ ਦਾ ਜਿਹੜਾ ਫੂਡ ਹੈ ਉਹ ਇੱਥੇ ਵੱਖ ਵੱਖ ਦੇਸ਼ਾਂ ਦਾ ਫੂਡ ਉਹ ਵੀ ਇੱਥੇ ਵੇਖਿਆ ਜਾ ਸਕਦਾ ਜੀ ਆਪਕਾ ਨਾਮ ਹੁਮੇਰਾ ਹੁਮੇਰਾ ਆਪ ਬਤਾਈਏ ਕੈਸਾ ਲੱਗ ਰਿਹਾ ਕਿਉਂਕਿ ਹਰ ਸਾਲ ਆਪਕੋ ਦੇਖਤਾ ਹੂੰ ਮੈਂ ਯਹਾਂ ਪੇ ਇਸ ਵਾਰ ਕੈਸੇ ਲੱਗ ਰਿਹਾ ਨਹੀਂ ਇਹ ਬਹੁਤ ਅੱਛਾ ਹੈ ਇਟਸ ਬਿਊਟੀਫੁਲ ਐਂਡ ਆਈ ਥਿੰਕ ਬੈਸਟ ਪਾਰਟ ਇਜ਼ ਦੈਟ ਐਵਰੀਬਡੀ ਇਜ਼ ਹੇਅਰ ਰਿਗਾਰਡਲੈਸ ਆਫ ਵਟਐਵਰ ਪੋਲੀਟੀਕਲ ਸਪੈਕਟ੍ਰਮ ਦੇ ਆਰ ਔਨ ਤੋ ਹਰ ਕੋਈ ਆਇਆ ਯਹਾਂ ਪੇ ਐਂਡ ਟੂ ਸੈਲੀਬ੍ਰੇਟ ਸਟੈਂਪੀਡ ਤੋ ਇਸ ਤੇ ਆਈ ਥਿੰਕ ਇਟਸ ਟੂ ਆਈ ਵੁੱਡ ਸੇ ਜਿਸ ਇਟਸ I mean George has done a fabulous job in sort of fostering a sense of community sense of bigger community which is amazing so aap log pura ye jo 10 days of stampede hai I would strongly encourage everybody to come out and enjoy as many breakfasts as you can aaj da ye breakfast jo ke bhave ke liberal MP George Chahal vallon ditta gaya unna vallon ye breakfast arrange kita gaya par itthe sariyan hi siyasi partiyan de numainde ਮੌਜੂਦ ਨੇ ਜੇਕਰ ਮੈਂ ਅਲਬਰਟਾ ਦੀ ਮੁੱਖ ਵਿਰੋਧੀ ਧਿਰ NDP ਦੀ ਗੱਲ ਕਰਾਂ ਤਾਂ NDP ਤੋਂ ਇਰਫਾਨ ਸਾਬਿਰ ਮੇਰੇ ਨਾਲ ਮੌਜੂਦ ਨੇ ਇਰਫਾਨ ਜੋ ਮਾਹੌਲ ਦੇਖ ਰਹੇ ਹੋ ਹਰੇਕ ਕਮਿਊਨਿਟੀ ਵੱਖ ਵੱਖ ਕਮਿਊਨਿਟੀਜ਼ ਦਾ ਖਾਣਾ ਸਾਰਾ ਕੁਝ ਕਿਵੇਂ ਦੇਖ ਰਹੇ ਹੋ ਕੈਲਗਰੀ ਦੇ ਇਸ ਨੌਰਥ ਈਸਟ ਵਿੱਚ ਇਸ ਕਲਚਰ ਨੂੰ ਸਭ ਤੋਂ ਪਹਿਲੇ ਤਾਂ MP ਜਾਰਜ ਚਾਹਲ ਉਹਨਾਂ ਦੀ ਸਾਰੀ ਟੀਮ ਵਾਲੰਟੀਅਰਸ ਨੂੰ ਬਹੁਤ ਬਹੁਤ ਵਧਾਈਆਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਬ੍ਰੈਕਫਾਸਟ ਕੀਤਾ ਸਟੈਂਪੀਡ ਦੀ ਖੂਬਸੂਰਤੀ ਇਹ ਹੈ ਇਹਨਾਂ ਬ੍ਰੈਕਫਾਸਟ ਇਹਨਾਂ ਇਵੈਂਟ ਦੀ ਖੂਬਸੂਰਤੀ ਹੈ ਕਿ ਇਹ ਕਮਿਊਨਿਟੀਜ਼ ਨੂੰ ਮੁਖਤਲਿਫ ਵੱਖ ਵੱਖ ਕਮਿਊਨਿਟੀਜ਼ ਨੂੰ ਵੱਖ ਵੱਖ ਪਾਰਟੀਆਂ ਦੇ ਲੋਕਾਂ ਨੂੰ ਇੱਕ ਥਾਂ 'ਤੇ ਇਕੱਠਾ ਕਰਦੇ ਇੱਕ ਦੂਜੇ ਦੇ ਨਾਲ ਮਿਲਣ ਦਾ ਆਪਣੇ ਵਿਚਾਰ
ਉਹ ਸ਼ੇਅਰ ਕਰਨ ਦਾ ਓਪਰਚੁਨਿਟੀ ਉਹ ਕ੍ਰੀਏਟ ਕਰਦੇ। ਦੇਖ ਰਹੇ ਹਾਂ ਕਿ ਕੈਲਗਰੀ ਦੇ ਵਿੱਚ ਸਟੈਂਪੀਡ ਬ੍ਰੇਕਫਾਸਟਾਂ ਦਾ ਦੌਰ ਜਾਰੀ ਹੈ ਅਤੇ ਮੇਰੇ ਨਾਲ ਇਸ ਵਕਤ ਜਸਰਾਜ ਹੱਲਨ ਨੇ ਫੋਰੈਸਟ ਲੋਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ, ਜਿਨ੍ਹਾਂ ਵੱਲੋਂ ਹਰ ਸਾਲ ਇੱਥੇ ਮਾਰਬਲੋ ਮਾਲ ਦੀ ਪਾਰਕਿੰਗ ਵਿੱਚ ਇਸ ਬ੍ਰੇਕਫਾਸਟ ਦਾ ਅਰੇਂਜਮੈਂਟ ਕੀਤਾ ਜਾਂਦਾ ਅਤੇ ਅੱਜ ਵੀ ਦੇਖਣ ਵਿੱਚ ਆਇਆ ਕਿ ਹਰ ਸਾਲ ਇੱਥੇ ਗਿਣਤੀ ਵੱਧਦੀ ਜਾ ਰਹੀ ਹੈ। ਜਸਰਾਜ, ਸਭ ਤੋਂ ਪਹਿਲਾਂ ਤਾਂ ਐਡੇ ਵੱਡੇ ਇਕੱਠ ਲਈ ਤਾਂ ਉਹਨਾਂ ਨੂੰ ਸੰਭਾਲਣ ਲਈ ਮੁਬਾਰਕਾਂ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸਾਰੇ ਇੱਥੇ ਆਏ ਆ ਸਾਡੇ ਐਨੂਅਲ ਸਟੈਂਪੀਡ ਬ੍ਰੈਕਫਾਸਟ 'ਤੇ। ਇੱਕ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਅਸੀਂ ਇੱਕ ਇਹ ਸਾਡੇ ਕੰਸਟੀਚੁਐਂਟ ਸਾਨੂੰ ਇੱਕ ਸੇਵਾ ਕਰਨ ਦਾ ਮੌਕਾ ਦਿੰਦੇ ਆ। ਕੀ ਤੁਹਾਨੂੰ ਲੱਗਦਾ ਕਿ ਜਿਵੇਂ ਇੰਨਾ ਵੱਡਾ ਇਕੱਠ ਤੁਸੀਂ ਦੱਸ ਰਹੇ ਹੋ ਕਿ 16,000 ਤੱਕ ਤੇ ਜਿਹੜੇ ਲੋਕ ਹੁਣ ਤੱਕ ਆ ਚੁੱਕੇ ਨੇ, ਅਤੇ ਇੱਕ ਮੈਂਬਰ ਪਾਰਲੀਮੈਂਟ ਵਾਸਤੇ ਇੱਕ ਪੋਜ਼ਿਟਿਵ ਸਾਈਨ ਆ ਕਿ ਆਉਣ ਵਾਲਾ ਸਮਾਂ ਆਪਣਾ ਹੀ ਹੈ? ਪਹਿਲਾਂ ਤਾਂ ਮੈਂ ਇਹ ਨਹੀਂ ਕਹਿ ਸਕਦਾ ਬਈ ਇੱਕ ਮੈਂਬਰ ਆਫ ਪਾਰਲੀਮੈਂਟ ਆ। ਤੁਸੀਂ ਦੇਖੋ, ਅਸੀਂ ਟੀਮ ਤੋਂ ਬਿਨਾਂ ਕੁਛ ਨਹੀਂ ਗਏ। ਜਿਹੜੇ ਕੰਸਟੀਚੁਐਂਟਸ ਨੂੰ ਭੇਜਿਆ ਉਹੀ ਸਾਡੀ ਟੀਮ ਆ। ਉਹਨਾਂ ਨੇ ਇੰਨਾ ਟਰੱਸਟ ਪਾਇਆ ਸਾਡੇ ਵਿੱਚ, ਰਿਸਪੋਂਸੀਬਿਲਟੀ ਇੰਨੀ ਵੱਡੀ ਦਿੱਤੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੀ ਆਰ ਟੀਮ, ਟੀਮ ਤੋਂ ਬਿਨਾਂ ਨਹੀਂ ਕੁਛ ਵੀ। ਅਤੇ ਅਫਕੋਰਸ ਜਿਹੜਾ ਹੁਣ ਚੱਲ ਰਿਹਾ ਸਾਡੇ ਜਿਹੜੇ ਪੀਅਰ ਪਾਲੀਅਵ ਸਾਹਿਬ ਹੈਗੇ ਆ, ਕਾਮਨ ਸੈਂਸ ਕੰਸਰਵੇਟਿਵ ਲੀਡਰ ਜਿਹੜੇ ਆਉਣ ਵਾਲੇ ਪ੍ਰਧਾਨ ਮੰਤਰੀ ਬਣਨਗੇ, ਉਹਨਾਂ ਦਾ ਜਿਹੜਾ ਕਹਿਣਾ ਆ, ਜੋ ਵੀ ਉਹਨਾਂ ਦਾ ਮੈਸੇਜ ਆ, ਉਹ ਰੈਜ਼ੋਨੇਟ ਕਰ ਰਿਹਾ। ਅਸੀਂ ਦੇਖਦੇ ਹਾਂ ਟੋਰਾਂਟੋ ਸੇਂਟ ਪਾਲ ਜਿਹੜੀ ਪੱਕੀ ਲਿਬਰਲ ਸੀਟ ਸੀਗੀ, ਉਹ ਕੰਸਰਵੇਟਿਵ ਵੱਲ ਤਾਂ ਹੀ ਆਈ ਆ ਬਿਕੋਜ਼ 9 ਸਾਲ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਤੋਂ ਬਾਅਦ ਇੰਨਾ ਜ਼ਿਆਦਾ ਲੋਕ ਸਫ਼ਰ ਕਰ ਰਹੇ ਆ। ਹਾਊਸਿੰਗ ਡਬਲ ਹੋ ਗਈ ਆ, ਕਾਰਬਨ ਟੈਕਸ ਲਾਇਆ ਗਿਆ ਗੈਸ, ਗਰੋਸਰੀਜ਼, ਹੋਮ ਹੀਟਿੰਗ ਦੇ ਉੱਪਰ। ਲੋਕਾਂ ਦਾ ਪੇਚੈੱਕ ਉਨਾ ਕੀ ਰਿਹਾ, ਖਰਚੇ ਵਧੀ ਜਾਂਦੇ ਆ ਬਿਕੋਜ਼ ਜਿਹੜੀ ਸਰਕਾਰ ਆ ਲਿਬਰਲ ਐਨ ਡੀ ਪੀ ਦੀ, ਉਹ ਤੁਹਾਡੇ ਖਰਚੇ ਵਧਾਈ ਜਾਂਦੇ ਆ। ਇੱਕ ਕਾਮਨ ਸੈਂਸ ਕੰਸਰਵੇਟਿਵ ਸਰਕਾਰ ਪੀਅਰ ਪਾਲੀਅਵ ਸਾਹਿਬ ਦੇ ਥੱਲੇ ਐਕਸ ਦਾ ਟੈਕਸ, ਕਾਰਬਨ ਟੈਕਸ ਖਤਮ ਕਰੂਗਾ। ਦੂਜਾ, ਅਸੀਂ ਘਰ ਬਣਾਵਾਂਗੇ ਤਾਂ ਕਿ ਸਪਲਾਈ ਵਧੇ, ਜਿਹੜੇ ਇੰਟਰਸਟ ਰੇਟ ਇਨਫਲੇਸ਼ਨ ਤਾਂ ਹੀ ਥੱਲੇ ਆਉਣਗੇ ਜਦੋਂ ਅਸੀਂ ਗਵਰਨਮੈਂਟ ਦੀ ਸਪੈਂਡਿੰਗ ਕੰਟਰੋਲ ਕਰਾਂਗੇ, ਅਸੀਂ ਬਜਟ ਨੂੰ ਠੀਕ ਕਰਕੇ ਉਹੀ ਚੀਜ਼ਾਂ ਕਰਾਂਗੇ। ਅਤੇ ਜਿਹੜਾ ਅਸੀਂ ਕ੍ਰਾਈਮ ਐਕਸਟੋਰਸ਼ਨ ਦੇਖ ਰਹੇ ਹਾਂ ਵੱਧਦਾ ਜਾ ਰਿਹਾ,